ਤਾਂ ਦੱਸਦੇ ਕਿ ਚੋਣਾਂ ਤੋਂ ਬਾਅਦ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ। ਤਾਂ 2 ਰੁਪਏ ਪ੍ਰਤੀ ਲੀਟਰ ਦੁੱਧ ਦੀਆਂ ਕੀਮਤਾਂ ਵਧਾਈਆਂ ਗਈਆਂ ਨੇ, ਤਾਂ ਅੱਜ ਤੋਂ ਹੀ ਇਹ ਲਾਗੂ ਹੋ ਗਈਆਂ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਰੇਟ ਵਧਾਉਣ ਦੀ ਮੰਗ ਕੀਤੀ ਗਈ ਸੀ। ਤਾਂ ਅਮੁਲ ਦੁੱਧ ਤੋਂ ਬਾਅਦ ਹੁਣ ਵੇਰਕਾ ਦੇ ਵੱਲੋਂ ਵੀ 2 ਰੁਪਏ ਪ੍ਰਤੀ ਕਿਲੋ ਦੁੱਧ ਦਾ ਰੇਟ ਵਧਾ ਦਿੱਤਾ ਗਿਆ ਹੈ। ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਝਟਕਾ ਲੱਗਿਆ। ਤਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਲੋਕ ਅਕਸਰ ਹੀ ਦੁੱਧ ਖਰੀਦਦੇ ਨੇ, ਤਾਂ ਇਸ ਦੇ ਵਿੱਚ ਹੁਣ ਲੋਕਾਂ ਨੂੰ ਇਹ ਵੱਡਾ ਝਟਕਾ ਲੱਗਿਆ, ਜਿੱਥੇ 2 ਰੁਪਏ ਇਸ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਦਾ ਵੱਡਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਟੋਲ ਪਲਾਜ਼ਿਆਂ ਦੇ ਰੇਟ ਵੱਧ ਗਏ ਨੇ, ਅਤੇ ਇਸ ਦੇ ਰੇਟ ਦੇ ਵਿੱਚ 2 ਰੁਪਏ ਦਾ ਵਾਧਾ ਕਰ ਦਿੱਤਾ ਗਿਆ। ਤਾਂ ਟੋਲ ਪਲਾਜ਼ਿਆਂ ਦੇ ਕਾਰਨ ਇਹਨਾਂ ਦੀ ਕੀਮਤ 'ਤੇ ਵੱਡਾ ਪ੍ਰਭਾਵ ਪਿਆ, ਤਾਂ ਲੋਕਾਂ ਦੀਆਂ ਜੇਬਾਂ ਹੁਣ ਹੋਰ ਢਿੱਲੀਆਂ ਹੋਣਗੀਆਂ। ਤਾਂ ਤੁਹਾਨੂੰ ਦੱਸ ਦਈਏ ਕਿ 2 ਰੁਪਏ ਪ੍ਰਤੀ ਲੀਟਰ ਦੁੱਧ ਦੀਆਂ ਕੀਮਤਾਂ ਵੱਧ ਗਈਆਂ ਨੇ। ਤਾਂ ਅਮੁਲ ਦੁੱਧ ਵੇਰਕਾ ਤੋਂ ਬਾਅਦ ਮਦਰ ਡੈਰੀ ਨੇ ਵੀ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਹੈ। ਦੋਸਤ ਦੇਖਿਆ ਜਾਵੇ ਤਾਂ ਜਿਹੜੇ ਹੁਣ 2 ਰੁਪਈਏ ਜਿਹੜਾ ਇਹਨਾਂ ਨੇ ਜਿਹੜਾ ਰੇਟ ਜਿਹੜਾ ਹੈਗਾ ਵਧਾਇਆ ਆ, ਮੇਰੇ ਹਿਸਾਬ ਨਾਲ ਬਿਲਕੁਲ ਸਹੀ ਕੀਤਾ ਇਹਨਾਂ ਨੇ। ਰੀਜ਼ਨ ਇਹ ਆ ਕਿ ਅਕਸਰ ਕਿਉਂਕਿ ਜਿਹੜੇ ਲੋਕ ਹੈਗੇ ਡੰਗਰ ਜਿਹਨਾਂ ਨੇ ਰੱਖੇ ਹੋਏ ਆ ਉਹਨਾਂ ਨੂੰ ਪੁੱਛ ਕੇ ਦੇਖੋ, ਕਿਉਂਕਿ ਗਰਮੀਆਂ ਦੇ ਵਿੱਚ ਅਕਸਰ ਜਿਹੜੇ ਹੁੰਦੇ ਡੰਗਰ ਹੁੰਦੇ ਆ ਉਹਨਾਂ ਦਾ ਦੁੱਧ ਘੱਟ ਜਾਂਦਾ, ਚਾਰਾ ਦੀ ਜਿਹੜੀ ਆਪਾਂ ਚਾਰਾ ਪਾਉਂਦੇ ਪੱਠੇ ਪਾਉਂਦੇ ਹਾਂ ਕੋਸਟ ਓਨੀ ਰਹਿੰਦੀ ਆ, ਗਰਮੀ ਦੇ ਕਾਰਨ ਜਿਹੜਾ ਦੁੱਧ ਆ ਉਹਨਾਂ ਦਾ ਜਿਹੜਾ ਹੈਗਾ ਘੱਟ ਜਾਂਦਾ, ਜਿਹਦੇ ਕਰਕੇ ਉਹਨਾਂ ਨੂੰ ਓਨਾ ਮੁਨਾਫਾ ਨਹੀਂ ਹੁੰਦਾ, ਜਿਹਦੇ ਕਰਕੇ ਮੇਰੇ ਜੋ ਮੈਨੂੰ ਲੱਗਦਾ ਮੇਰੇ ਹਿਸਾਬ ਨਾਲ ਆ ਸੀਜ਼ਨ ਕਰਕੇ ਉਹਨਾਂ ਨੇ 2 ਰੁਪਈਆ ਰੇਟ ਵਧਾਇਆ ਤਾਂ ਕਿ ਜਿਹੜੇ ਸਾਡੇ ਵੀਰ ਹੈਗੇ ਕਿਸਾਨ ਆ ਉਹਨਾਂ ਨੂੰ ਪੈਸੇ ਪੂਰੇ ਮਿਲ ਸਕਣ। ਦੇਖਿਆ ਜਾਵੇ ਤਾਂ 2 ਰੁਪਈਏ ਦੇ ਨਾਲ ਜਿਵੇਂ ਹੁਣ ਰੇਟ ਵਧੇ ਆ, ਕਿਉਂਕਿ ਸਰਕਾਰ ਨੂੰ ਕੋਈ ਚਾਹੀਦਾ ਆਪਣੇ ਵੱਲੋਂ ਕੋਈ ਸਕੀਮ ਚਾਹੀਦੀ ਆ, ਜਿਵੇਂ ਕਿ ਮੰਨ ਲਓ ਹੁਣ ਜੇ ਵੀ ਜਦ ਜੇ ਕੋਈ ਮੰਨ ਲਓ ਜੋ ਕੋਈ ਕੋਈ ਹੜ੍ਹ ਆ ਜਾਂਦਾ ਜਾਂ ਕੋਈ ਮੀਂਹ ਬਰਸਾਤ ਨਾਲ ਜਿਹੜੀ ਹੁੰਦੀਆਂ ਕਿ ਫਸਲਾਂ ਖਰਾਬ ਹੋ ਜਾਂਦੀਆਂ ਨੇ, ਅਤੇ ਸਰਕਾਰ ਵੱਲੋਂ ਉਹਨਾਂ ਨੂੰ ਮਿਲਦਾ ਮੁਆਵਜ਼ਾ ਮਿਲਦਾ। ਇਸ ਤਰ੍ਹਾਂ ਸਰਕਾਰ ਨੂੰ ਇਹਨਾਂ ਜਿਹੜੇ ਲੋਕਾਂ ਨੇ ਰੱਖੇ ਹੋਏ ਆ ਮੱਝਾਂ ਵਗੈਰਾ ਰੱਖੀਆਂ ਹੋਈਆਂ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਵੀ ਜਿਵੇਂ ਹੁਣ ਸੀਜ਼ਨ ਆ ਗਿਆ ਹੈਗਾ ਆਪਣਾ ਹੈਗਾ ਗਰਮੀ ਦਾ, ਇਹਦੇ ਵਿੱਚ ਜਿਹੜਾ ਹੈਗਾ ਦੁੱਧ ਘੱਟ ਜਾਂਦਾ, ਮੰਨ ਲਓ ਜੇ ਕੁਛ ਇੱਦਾਂ ਹੁੰਦਾ ਕਿ ਸਰਕਾਰ ਉਹਨੂੰ ਆਪਦੇ ਕੋਲ ਮੁਆਵਜ਼ਾ ਦੇਵੇ ਵੀ ਤਾਂ ਆਮ ਲੋਕਾਂ ਦੇ ਸਿਰ 'ਤੇ ਬੋਝ ਨਾ ਪਵੇ। ਚੋਣਾਂ ਦਾ ਮਾਹੌਲ ਹੈ, ਅਕਸਰ ਦੇਖਿਆ ਜਾਂਦਾ ਚੋਣਾਂ ਜਦੋਂ ਹੋ ਜਾਂਦੀਆਂ ਮਹਿੰਗਾਈ ਪਹਿਲਾਂ ਘਟਾਈ ਜਾਂਦੀ ਹੈ ਅਤੇ ਬਾਅਦ 'ਚ ਉਹਦੇ ਦਰ ਵਧਾਏ ਜਾਂਦੇ ਆ। ਇਹ ਜਿਹੜੀ ਦੁੱਧ ਦੀ ਮਹਿੰਗਾਈ ਇਹਨਾਂ ਨੇ ਵਧਾਈ ਹੈ ਇਹ ਲੱਕ ਤੋੜ ਦੇਗੀ, ਕਿਉਂਕਿ ਦੁੱਧ ਬੱਚਿਆਂ ਨੇ ਪੀਣਾ ਹੁੰਦਾ, ਬਿਮਾਰਾਂ ਨੇ ਪੀਣਾ ਹੁੰਦਾ, ਹਸਪਤਾਲਾਂ 'ਚ ਪੀਣਾ ਹੁੰਦਾ, ਆਮ ਨਾਗਰਿਕ ਜਿਹੜਾ ਵਾ ਚਾਹ ਤੋਂ ਬਗੈਰ ਨਹੀਂ ਰਹਿ ਸਕਦਾ ਹਿੰਦੁਸਤਾਨ 'ਚ, ਅਤੇ ਦੁੱਧ ਦੀ ਖਪਤ ਇੱਥੇ ਬਹੁਤ ਜ਼ਿਆਦਾ ਵਾ, ਜ਼ਿਆਦਾਤਰ ਦੁੱਧ ਦਾ ਪਾਊਡਰ ਜ਼ਿਆਦਾ ਵਿਕਦਾ ਵਾ, ਦੁੱਧ ਘੱਟ ਵਿਕਦਾ। ਜਿਹੜੇ ਇਹਨਾਂ ਨੇ ਮਹਿੰਗਾਈ ਜਿਹੜੀ ਦੁੱਧ ਦੀ ਵਧਾਈ ਹੈ ਇਹ ਲੱਕ ਤੋੜ ਦੇਗੀ। ਅੱਗਿਓਂ ਜਿਹੜੇ ਟੋਲ ਦੇ ਨਾਲ ਰੇਟ ਇਹਨਾਂ ਨੇ ਵਧਾ ਦਿੱਤੇ ਆ ਕੁਛ ਪਰਸੈਂਟ, 3-5%, ਉਹਦੇ ਨਾਲ ਮਹਿੰਗਾਈ ਦੀ ਖਪਤ ਹੋਰ ਹੋਏਗੀ ਸਾਡੇ ਦੇਸ਼ ਦੇ ਵਿੱਚ। ਸਰ ਬਜਟ ਨੂੰ ਕਿੰਨਾ ਫਰਕ ਪੈਂਦਾ, ਕਿਉਂਕਿ ਆਮ ਘਰ ਨੇ ਬਜਟ ਬਣਾਇਆ ਹੁੰਦਾ ਕਿ ਅਸੀਂ ਇਹ ਪੈਸਾ ਇਸ ਥਾਂ 'ਤੇ ਲਾਉਣਾ, ਇਹ ਪੈਸਾ ਇਸ ਥਾਂ 'ਤੇ ਲਾਉਣਾ। ਦੇਖੋ ਹਰ ਘਰ ਦੀ ਜਿਹੜੀ ਦੁੱਧ ਦੀ ਖਪਤ ਆ ਅਸੀਂ 30 ਕਿਲੋ ਲਾ ਕੇ ਚੱਲੀਏ, ਘੱਟ ਤੋਂ ਘੱਟ ਵੀ ਜੇ ਹੱਥ ਖਿੱਚ ਕੇ ਚੱਲਦੇ ਕਿਲੋ ਆਰਾਮ ਨਾਲ ਦੁੱਧ ਲੱਗਦਾ ਵਾ, ਅਤੇ 2 ਰੁਪਏ ਕਿਲੋ 60 ਰੁਪਈਏ ਇੱਕ ਦੀ ਜੇਬ ਦੇ ਵਿੱਚੋਂ ਜਾਣਗੇ, ਅਤੇ ਜਦੋਂ ਇਹ 60 ਰੁਪਏ ਜਾਣਗੇ ਖਰਚੇ ਉਹੀ ਹੈ ਸਾਡੇ, ਇਹ ਨਵਾਂ ਖਰਚਾ ਜਿਹੜਾ ਪੈ ਜਾਂਦਾ ਵਾ ਸਾਲ ਦਾ, ਜੇ ਅਸੀਂ ਦੇਖਿਆ ਜਾਈਏ ਬਾਹਰੋਂ 96,000 ਰੁਪਏ ਦਾ ਇੱਕ ਉੱਪਰ ਭਾਰ ਪੈਣਾ ਸਾਡੇ ਉੱਤੇ, ਅਤੇ ਇਹ ਵੀ ਦੱਸਿਆ ਜਾਂਦਾ ਵਾ ਕਿ ਸਿਲੰਡਰਾਂ ਗੈਸ ਸਿਲੰਡਰ 'ਚੋਂ ਜਿਹੜੀ 27 ਰੁਪਏ 24 ਰੁਪਏ ਪਤਾ ਨਹੀਂ ਇਹਨਾਂ ਦੀ ਸਬਸਿਡੀ ਆਉਂਦੀ ਸੀ ਉਹ ਵੀ ਇਹਨਾਂ ਨੇ ਬੰਦ ਕਰਤੀ ਹੈ 1 ਜੂਨ ਤੋਂ, ਅਤੇ ਹੋ ਸਕਦਾ ਹੈ ਗੈਸ ਦੇ ਵੀ ਅਤੇ ਪੈਟਰੋਲ ਦੇ ਵੀ ਦਾਮਾਂ ਦੇ ਵਿੱਚ ਫਰਕ ਪਵੇ। ਅਸਲ ਵਿੱਚ ਪੰਜਾਬ ਸਰਕਾਰ ਮੈਨੂੰ ਲੱਗਦਾ ਪਹਿਲਾਂ ਹੀ ਇਹਦਾ ਦੁੱਧ ਦੇ ਰੇਟ ਵਧਾਉਣ ਨੂੰ ਪੈ ਕਰਦੀ ਸੀਗੀ, ਔਰ ਇਹ ਜਿੱਦਾਂ ਜਿਉਂ ਹੀ ਇਲੈਕਸ਼ਨ ਖਤਮ ਹੋਏ ਹੈਗੇ ਪੰਜਾਬ ਸਰਕਾਰ ਨੇ ਇੱਕ ਲੋਕਾਂ 'ਤੇ ਫਿਰ ਦੁਬਾਰਾ ਵਿੱਚ ਬੋਝ ਪਾ ਦਿੱਤਾ ਹੈਗਾ। ਦੁੱਧ ਜਿਹੜਾ ਹੈਗਾ ਹਰੇਕ ਦੀ ਜ਼ਰੂਰਤ ਆ,
ਔਰ ਪੰਜਾਬ ਸਰਕਾਰ ਨੂੰ ਚਾਹੀਦਾ ਹੈਗਾ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਇਹਦੇ ਉੱਤੇ ਕੰਟਰੋਲ ਕਰਕੇ ਰੱਖੇ, ਜੇਕਰ ਮਤਲਬ ਦੁੱਧ ਦੇ ਰੇਟ ਦੇ ਵਧੇ ਆ ਇਹਦੀ ਨਿਖੇਧੀ ਕੀਤੀ ਜਾਣੀ ਚਾਹੀਦੀ। ਸਰ ਜਦੋਂ ਰੇਟ ਵੱਧਦੇ ਆ ਲੱਗਦਾ ਕਿ ਬਜਟ ਤੇ ਆਪਣੇ ਫਰਕ ਪੈਣਾ ਸ਼ੁਰੂ ਹੋ ਜਾਂਦਾ ਨਾਲੇ? ਦੇਖੋ ਬਜਟ ਤੇ ਤਾਂ ਹਰੇਕ ਦੀ ਜੇਬ ਦੇ ਵਿੱਚ ਤਾਂ ਭਾਰੀ ਪੈਂਦਾ ਹੀ ਹੈਗਾ ਬਜਟ, ਤੇ ਹਰੇਕ ਨੇ ਆਪਣਾ ਸਿਸਟਮ ਲਾਇਆ ਹੁੰਦਾ ਵੀ ਕਿੰਨੇ ਪੈਸੇ ਮਤਲਬ ਇੱਥੇ ਖਰਚਣੇ ਕਿੰਨੇ ਪਾਸੇ ਸਲਾਨਾ, ਔਰ ਬਜਟ ਦੇ ਤਾਂ ਮਤਲਬ ਤਨਖਾਹਾਂ ਉਨੀਆਂ ਕੀ ਹੈਗੀਆਂ, ਔਰ ਜਦੋਂ ਇਹ ਪਰੇਸ਼ਾਨੀ ਖੜੀ ਹੋ ਜਾਂਦੀ ਆਮ ਲੋਕਾਂ ਨੂੰ। ਦੁੱਧ ਦੇ ਰੇਟ ਵਧੇ ਜੀ, ਇਹ ਤਾਂ ਕਾਫੀ ਜਿਹੜਾ ਗਲਤ ਗੱਲ ਹੈਗੀ ਹੈ ਕਿ ਹਾਲੇ ਚੁਣਾਵ ਦਾ ਜਿਹੜਾ ਸਮੀਕਰਨ ਹਾਲੇ ਖਤਮ ਹੀ ਨਹੀਂ ਹੋਇਆ, ਹਾਲੇ ਚੁਣਾਵ ਖਤਮ ਹੋਏ ਆ ਤੇ ਰਿਜ਼ਲਟ ਹਾਲੇ ਆਣੇ, ਉਸ ਤੋਂ ਵਿੱਚ ਹੀ ਇਹਨਾਂ ਨੇ 2 ਰੁਪਏ ਪ੍ਰਤੀ ਕਿਲੋ ਜਿਹੜੇ ਰੇਟ ਵਧਾ ਤੇ ਗਲਤ ਕੀਤਾ ਵਾ। ਇੱਦਾਂ ਦੀ ਜਿਹੜਾ ਸਰਕਾਰ ਨੂੰ ਚਾਹੀਦਾ ਸੀ ਕਿ ਇੱਦਾਂ ਚੀਜ਼ ਨਹੀਂ ਕਰਨੀ, ਇੱਥੋਂ ਪਤਾ ਲੱਗਦਾ ਵਾ ਕਿ ਸਰਕਾਰ ਜਿਹੜੀ ਆ ਉਹਨਾਂ ਨੂੰ ਪਤਾ ਲੱਗ ਗਿਆ ਜੇ ਅਸੀਂ ਹਾਰ ਗਏ ਆ ਆਉਣ ਵਾਲੇ ਦਿਨਾਂ ਨੂੰ ਲੱਗਦਾ ਕਿ ਹੋਰ ਵੀ ਚੀਜ਼ਾਂ ਜਿਹੜੀਆਂ ਉਹਨਾਂ ਦੀ ਸੰਭਾਵਨਾ ਹੈ। ਸਰ ਬਜਟ ਤੇ ਕਿੰਨਾ ਕੁ ਫਰਕ ਪੈਂਦਾ ਜਦੋਂ ਇਦਾਂ ਹੁੰਦਾ? ਦੇਖੋ ਫਰਕ ਪੈਣਾ ਹੈ, 2 ਰੁਪਏ ਪ੍ਰਤੀ ਕਿਲੋ ਜਿਹਦਾ ਰੇਟ ਵੱਧ ਗਿਆ ਵਾ, ਸਿਰਫ ਇੱਕ ਚੀਜ਼ ਦਾ ਨਹੀਂ ਫਰਕ ਪੈਣਾ, ਇਹਦੇ ਨਾਲ ਦੁੱਧ ਨਾਲ ਜਿਹੜੇ ਉਤਪਾਦਨ ਹੈਗੇ ਆ ਹਰ ਚੀਜ਼ ਦਾ ਰੇਟ ਵੱਧਦਾ, ਫਰਕ ਪੈਣਾ ਵਾ। ਚਾਹ ਵਾਲੇ ਹੈ, ਮੰਨ ਲਓ ਉਹਨਾਂ ਕੋਲ ਜਾਊਗੇ ਉਹਨਾਂ ਕੋਲ 2 ਰੁਪਏ ਕਿਲੋ ਰੇਟ ਵੱਧ ਕੇ, ਉਹਨੇ ਚਾਹ ਦੇ ਰੇਟ ਹੀ ਵਧਾ ਦੇਣੇ 5 ਰੁਪਏ ਕਿਲੋ ਗਲਾਸ, ਜਾਂ 10 ਰੁਪਏ ਗਲਾਸ ਜਾਂ 15 ਰੁਪਏ ਗਲਾਸ ਕਰ ਦੇਣਾ ਹੈ, ਉਹ ਚੀਨੀ ਦਾ ਰੇਟ ਵੱਧਦਾ ਜਾਂ ਅੱਗੇ ਕਿਸੇ ਵੀ ਚੀਜ਼ ਦਾ ਰੇਟ ਹੋਇਆ, ਉਹ ਬਜਟ ਦਾ ਫਰਕ ਪੈਂਦਾ ਹਰ ਚੀਜ਼ ਦਾ। ਉਹ ਜਿਹੜੇ ਉਹ ਦੁੱਧ ਨਾਲ ਬਣਨ ਦੀਆਂ ਜਿਹੜੀਆਂ ਚੀਜ਼ਾਂ ਵਾ, ਕੋਈ ਵੀ ਖਾਣ ਪੀਣ ਦੀ ਹੈ, ਉਹਦੇ ਰੇਟ ਵੀ ਵਧੂਗਾ, ਉਹ ਕੀ ਹੈ ਬੰਦੇ ਜੀਵ ਦਾ ਬਜਟ ਜਿਹੜਾ ਸਾਰਾ ਖਰਾਬ ਹੋ ਗਿਆ। 30 ਰੁਪਏ ਦਾ ਅੱਧਾ ਕੁ ਲੀਟਰ ਸੀਗਾ, ਹੁਣ 1 ਰੁਪਏ ਵਧਾ ਕੇ 31 ਰੁਪਏ ਹੋ ਗਿਆ ਅੱਧਾ ਲੀਟਰ, ਯਾਨੀ ਕਿ 2 ਰੁਪਏ ਲੀਟਰ ਵਧਿਆ ਜੀ। ਕਿੱਦਾਂ ਹਰ ਦੁੱਧ ਦਾ ਰੇਟ ਵਧਿਆ ਸਿਰਫ ਫੇਰ ਕਰ ਤਰ੍ਹਾਂ ਦੇ ਪੈਕ ਦਾ ਵਧਿਆ? ਅੱਛਾ ਜੀ, ਸਟੈਂਡਰਡ ਐਫਸੀਐਮ ਜਾਂ ਡੀਡੀਐਮ ਸਾਰੇ ਤਰ੍ਹਾਂ ਦਾ। ਸਟੈਂਡਰਡ ਦਾ ਕਿਹੜਾ ਹੁੰਦਾ? ਹਰ ਸਟੈਂਡਰਡ ਦਾ ਰੰਗ ਕਹਿੰਦੇ ਆ ਸਟੈਂਡਰਡ। ਅੱਛਾ ਜੀ, ਇੱਥੇ ਫਰਕ ਵੀ ਫਰਕ ਵੀ ਪਿਆ ਹੋਏਗਾ ਕਿਹੜਾ ਦੁੱਧ ਦੇ ਰੇਟ? ਫਿਲਹਾਲ ਸੇਲ ਨੂੰ ਫਰਕ ਪੈਗਾ ਥੋੜਾ ਜਿਹਾ, ਕੁਝ ਦਿਨ ਹੀ ਹੁੰਦਾ ਮਹਿਸੂਸ, ਬਾਅਦ ਫਿਰ ਨੋਰਮਲ ਹੋ ਜਾਂਦਾ। ਕਿੱਦਾਂ ਦੁਕਾਨ ਕਈਆਂ ਨੂੰ ਪਤਾ ਨਹੀਂ ਹੈ ਰੇਟ ਦਾ, ਤੁਹਾਨੂੰ ਵੀ ਥੋੜਾ ਬਹਿਸ ਕਰਦੇ ਆ, ਮੁੱਦਾ ਬਣ ਜਾਂਦਾ ਕਈ ਵਾਰੀ, ਬਹਿਸ ਦਾ ਮੁੱਦਾ ਹੋ ਜਾਂਦਾ, ਜਿਹੜੇ ਪੜ੍ਹੇ ਲਿਖੇ ਉਹ ਤਾਂ ਕੁਝ ਸਮਝ ਜਾਂਦੇ, ਕਈ ਬਹਿਸ ਕਰਦੇ ਜੀ। ਤੇ ਇਹ ਚ ਤੁਹਾਨੂੰ ਵੀ ਕੋਈ ਬੈਨੀਫਿਟ ਮਿਲਦਾ ਜਾਂ ਰੇਟ ਤੇ ਲਗਾਤਾਰ ਦੁੱਧ ਦੇ ਰੇਟ? ਨਾ ਤਾਂ ਕੋਈ ਨਹੀਂ ਬਿਆ ਜੀ ਬੈਨੀਫਿਟ, ਬਾਅਦ ਚ ਪਤਾ ਲੱਗੇਗਾ ਇਸ ਬਾਰੇ ਰੇਟ ਰਿਵਾਈਜ਼ ਤਾਂ ਹੋਏ ਆ, ਸਾਡੀ ਕਮਿਸ਼ਨ ਰਿਵਾਈਜ਼ ਹੁੰਦੀ ਕਿ ਨਹੀਂ ਹੁੰਦੀ, ਵੱਧ ਕੰਪਨੀ ਵੱਲੋਂ ਵਧਾਈ ਜਾਂਦੇ ਪੈਣ। ਹਾਂ, ਰੇਟ ਜ਼ਰੂਰ ਵੱਧ ਰਹੇ, ਕਮਿਸ਼ਨਾਂ ਨਹੀਂ ਵੱਧੀਆਂ। ਫਰਕ ਤਾਂ ਪਿਆ ਹੋਏਗਾ ਤਾਂ ਕੰਮ ਦੁੱਧ ਦੇ ਕੰਮ ਦੇ ਵਿੱਚ? ਸਰ ਅੱਜ ਦੀ ਦਿਨ 'ਚ ਕੋਈ ਵੀ ਚੀਜ਼ ਵਿਕ ਰਹੀ ਹੈ, ਕੋਈ ਘੱਟ ਲੈ ਕੇ ਜਾ ਰਿਹਾ, ਜਿੱਦਾਂ ਉਹਨੇ ਜੇ ਅਫੋਰਡ ਕਰਦਾ ਆ ਉਸ ਹਿਸਾਬ ਨਾਲ ਚੱਲਦਾ। ਘਰੇਲੂ ਦੇ ਲੈਵਲ 'ਤੇ ਅਗਰ ਦੇਖਿਆ ਜਾਵੇ ਤਾਂ ਦੁੱਧ ਦੇ ਰੇਟ ਵਧਣ ਦੇ ਨਾਲ ਸਾਡੇ ਜਿਹੜੇ ਘਰੇਲੂ ਕੰਮਕਾਰ ਆ ਉਹਦੇ 'ਚ ਕਾਫੀ ਚੇਂਜਿਸ ਆ ਰਹੇ ਨੇ, ਕਿ ਜਿਵੇਂ ਕਿ ਅਸੀਂ ਆਪਣੇ ਆਮ ਘਰ ਦੇ ਵਿੱਚ ਦੁੱਧ ਤੋਂ ਬਣੀਆਂ ਚੀਜ਼ਾਂ ਖਾਂਦੇ ਹਾਂ, ਪਨੀਰ ਹੋ ਗਿਆ, ਦਹੀਂ ਹੋ ਗਿਆ, ਅਤੇ ਅਸੀਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਖਾਂਦੇ ਹਾਂ ਜੋ ਕਿ ਸਾਡੇ ਦੁੱਧ ਦੇ ਰੇਟ ਵਧਣ ਦੇ ਕਾਰਨ ਆਮ ਜਨਤਾ ਨੂੰ ਜਿਹੜੀ ਆ ਕਾਫੀ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ। ਇਸ ਤਰ੍ਹਾਂ ਆਮ ਜਨਤਾ ਦੇ ਵਿੱਚ ਆਮ ਜਨਤਾ ਦੇ ਉੱਤੇ ਕਾਫੀ ਪ੍ਰੈਸ਼ਰ ਜਿਹਾ ਪੈ ਰਿਹਾ ਹੈਗਾ, ਕਾਫੀ ਮਤਲਬ ਕਿ ਰਸੋਈ ਚਲਾਉਣੀ ਥੋੜ੍ਹੀ ਜਿਹੀ ਔਖੀ ਹੈ। ਜਿਹੜੀ ਅੱਜ ਕੱਲ੍ਹ ਦੀ ਜਿਹੜੀ ਮਿਡਲ ਕਲਾਸ ਫੈਮਿਲੀ ਹੈ ਉਹ ਤਾਂ ਚਲਾ ਲਏਗੀ, ਪਰ ਲੇਕਿਨ ਜਿਹੜੀ ਬਿਲਕੁਲ ਹੀ ਜਿਹਨਾਂ ਨੂੰ ਜਿਹਨਾਂ ਦੇ ਕੋਲ ਜੋਬਸ ਨਹੀਂ ਹੈ, ਅਨਇੰਪਲੋਇਮੈਂਟ ਹੈਗੀ ਹੈ, ਉਹਨਾਂ ਨੂੰ ਚਲਾਉਣੀ ਜ਼ਰਾ ਥੋੜ੍ਹੀ ਜਿਹੀ ਔਖੀ ਹੈ। ਹਾਂਜੀ, ਫਰਕ ਤਾਂ ਜ਼ਰੂਰ ਪਵੇਗਾ ਕਿ ਦੁੱਧ ਤੋਂ ਹੀ ਸਾਰੇ ਪ੍ਰੋਡਕਟ ਬਣਦੇ ਨੇ ਅਤੇ ਉਹਨਾਂ ਦੇ ਰੇਟਾਂ ਵਿੱਚ ਵੀ ਵਾਧਾ ਜ਼ਰੂਰ ਹੋਵੇਗਾ। ਹਾਂਜੀ, ਬਿਲਕੁਲ ਫਰਕ ਪਵੇਗਾ। ਲੱਗਦਾ ਕਿ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਇਫੈਕਟ ਪਵੇਗਾ ਆਮ ਬੰਦੇ ਦੀ ਜੇਬ 'ਤੇ ਅਸਰ ਪਊਗਾ? ਹਾਂਜੀ, ਬਿਲਕੁਲ ਪਵੇਗਾ, ਕਿਉਂਕਿ ਹਰੇਕ ਬੰਦਾ ਦੁੱਧ ਯੂਜ਼ ਕਰਦਾ, ਉਹਦੇ ਬਣੇ ਪ੍ਰੋਡਕਟ ਯੂਜ਼ ਕਰਦਾ, ਬਿਲਕੁਲ ਉਹਦੇ ਉੱਤੇ ਫਰਕ ਪਵੇਗਾ।